ਭਾਈ ਮੰਨੇ ਨੂੰ ਆਪਾਂ ਯਾਰ ਤੈਨੂੰ ਫੋਲੋ ਕੀਤਾ ਹੋਇਆ, ਤੂੰ ਦਿਲ ਤੋੜਤਾ ਯਾਰ। ਆ ਕਾਵਾਂ ਗੂੰਜ ਜਾਲ ਆਖੜੀਆਂ ਗੱਡੀਆਂ ਲੈਣੀਆਂ ਸੀ ਦੋ। ਬੈਂਕ ਤੋਂ ਫਾਈਨੈਂਸ ਕਰਕੇ ਦਿੰਦੇ ਆ ਸਾਰਾ ਕੁਝ, ਮੰਥਲੀ ਇੰਸਟਾਲਮੈਂਟ ਕਰਕੇ, ਮੁਲਕੀਆ ਸ਼ੁਲਕੀਆ, ਰੀਨਿਊ ਇੰਸ਼ੋਰੈਂਸ। ਮੰਨਾ ਸਾਹਿਬ ਜਿਹੜੀ ਤੁਸੀਂ ਪਹਿਲਾਂ ਵੀ ਹੱਥ ਕਰਾਈ ਨਾ 2,50,000 ਦੀ ਚਾਹ, ਉਹ ਬੜੀ ਤੇ ਉਹੀ ਸਾਰਾ ਨਿੱਕਾ ਜਿਹਾ ਘਰ ਲੈਫਟ ਜਿਹਦੇ ਵਿੱਚ ਅਸੀਂ ਆਲਵੇਜ਼ ਆਪਣਾ ਵਲੌਗ ਸ਼ੁਰੂ ਕਰ ਦਿੰਦੇ ਹਾਂ। ਨਿੱਕੇ ਜਿਹੇ ਘਰ 'ਚ ਵੱਡਾ ਮੂੰਹ ਬੇਜੀ ਕਹਦਾ ਬਾਈ, ਉਹ ਠੀਕ ਆ ਵਜਨ ਵਧਿਆ ਹੋਇਆ, ਮੈਂ ਫੈਟਾ ਵੈਲਕਮ ਆ ਜੀ ਤੁਹਾਡਾ ਸਾਡੇ ਵਲੌਗ ਦੇ ਵਿੱਚ। ਅੱਜ ਆਪਾਂ ਵਲੌਗ ਸਟਾਰਟ ਕਰਨ ਚੱਲੇ ਹਾਂ ਅਤੇ ਨਾਲ ਹੀ ਤੁਹਾਨੂੰ ਲੈ ਕੇ ਚੱਲਦੇ ਹਾਂ ਅਸੀਂ। ਕਿੱਥੇ ਆ ਰਹੇ ਸੀ ਜੀ? ਰਸਲਪੁਰ। ਹਾਂ ਰਸਲਪੁਰ, ਉੱਥੇ ਇੱਕ ਗੱਡੀਆਂ ਦੀ ਮੰਡੀ ਜੀ ਆ ਅਤੇ ਆਪਾਂ ਦੇਖਦੇ ਹਾਂ ਉੱਥੇ ਕੀ ਬਣਦਾ ਹੈ ਨਾ ਸਪੈਸ਼ਲੀ। ਨਾਲ ਤਾਂ ਉੱਥੇ ਕੁਛ ਕੰਮ ਜਿਹਾ ਵਾ, ਆਪਾਂ ਗੱਡੀਆਂ ਗੁੱਡੀਆਂ ਦੇਖਣੀਆਂ ਨੇ ਅਤੇ ਨਾਲ ਹੀ ਆਪਾਂ ਆਪਣਾ ਵਲੌਗ ਤੁਹਾਨੂੰ ਪੂਰਾ ਕਰਕੇ ਦਿਖਾ ਦੇਣਾ। ਠੀਕ ਆ, ਚਲੋ ਜੀ ਮਿਲਦੇ ਹੁਣ ਆਪਾਂ ਰਸਲਪੁਰ ਜਾ ਕੇ ਸਿੱਧਾ। ਚਾਬੀ ਆ ਦੇ ਮੇਰੇ ਕੋਲ। ਚਲੋ ਵੀ ਮਿੱਤਰੋ ਹੁਣ ਬੈਠਣ ਲੱਗੇ ਅਸੀਂ ਗੱਡੀ ਵਿੱਚ, ਤੁਹਾਨੂੰ ਸਿੱਧਾ ਜਾ ਕੇ ਮਿਲਾਂਗੇ ਰਸਲਪੁਰ। ਦੁਬਈ ਦੇ ਵਿੱਚ ਇੱਕ ਏਰੀਆ ਵਾ ਰਸਲਪੁਰ ਅਬੀਰ, ਉੱਥੇ ਗੱਡੀਆਂ ਦਾ ਸਿਸਟਮ ਜਾ। ਚਲੋ ਮਿਲਦਾ ਫਿਰ ਉੱਥੇ ਜਾ ਕੇ ਆਪਾਂ। ਬਬਾਸ ਚੱਲੀਏ। ਉਹ ਛੋਟੇ ਤੂੰ ਚਾਹ ਕਿੰਨੀ ਕੁ ਮਹਿੰਗੀ ਪੀਤੀ ਹੋ ਅੱਜ ਤੱਕ, ਕਿੰਨੀ ਕੁ ਮਹਿੰਗੀ ਪੀਤੀ ਦੱਸ ਮੈਨੂੰ ਯਾਰ। ਇੱਥੇ ਦਾ 1 ਦਰਾਮ ਦੀ, 2 ਦਰਾਮ ਦੀ, 5 ਦਰਾਮ ਤੱਕ। ਹਾਂ ਤੂੰ 50 ਦੀ ਲਾ ਲਾ ਯਾਰ, 50 ਦੀ ਲਾ ਲਾ ਯਾਰ, ਤੂੰ 5,000 ਦੀ ਲਾ ਲਾ ਇੱਕ ਕੱਪ, 5,000 ਦਾ। ਚੱਲ ਤਾਜ ਹੋਟਲ 'ਚ ਬਹਿ ਗਿਆ ਤੂੰ ਯਾਰ, 10,000 ਦਾ ਕੱਪ ਲਾ ਲਾ ਦਲੀ ਚਾਹ ਦਾ। ਕਰੇ 2,50,000 ਦੀ ਚਾਹ ਦੇਖੀ ਹੈ ਤੂੰ ਜਿਹਨੇ ਪੀਤੀ ਆ ਯਾਰ। ਮੰਨਾ ਸਾਹਿਬ ਕਿੱਧਰ ਨੂੰ ਤੁਰ ਪਿਓ? ਮੰਨਾ ਸਾਹਿਬ ਢੀਡ ਹੋਇਆ ਹੁਣ, ਉਹਦੇ ਉਹਨਾਂ ਦੇ ਘਰੇ ਪਹੁੰਚ ਗਿਆ। ਅੱਛਾ ਹਾਂ, ਉਹਨਾਂ ਦੀ ਅੰਮੀ ਨੂੰ, ਚੱਲ ਉਹ ਤਾਂ ਬਜ਼ੁਰਗ ਨੇ, ਉਹਨਾਂ ਨੂੰ ਅਗਰ 2-4 ਪੈਸੇ ਦੇ ਵੀ ਦਿੱਤੇ ਤਾਂ ਵੀ ਠੀਕ ਆ। ਅੱਛਾ ਹਨਾ, ਉਹ ਤਾਂ ਬਜ਼ੁਰਗ ਨੇ, ਚੱਲ ਉਹਦੇ ਘਰੇ ਪਹੁੰਚ ਗਏ, ਉਹਨਾਂ ਦੇ ਉਹਦੇ ਪਿਓ ਦੇ ਘਰੇ ਪਹੁੰਚ ਗਏ, ਢੀਡ ਹੋਇਆ। ਹੁਣ ਕਰੇਗੀ ਉਦੋਂ 2 ਲੱਖ ਲੱਗ ਤੇ। ਮੰਨਾ ਸਾਹਿਬ ਜਿਹੜੀ ਤੁਸੀਂ ਪਹਿਲਾਂ ਨੀ ਹੱਥ ਕਰਾਈ ਨਾ 2,50,000 ਦੀ ਚਾਹ, ਉਹ ਬੜੀ ਉਹ ਬੜੀ ਘੈਂਟ ਆ, ਉਹ ਨੀ ਲੁਕਣੀ ਹੁਣ, ਉਹ ਨੀ ਲੁਕਦੀ। ਜਿੰਨਿਆਂ ਨੂੰ ਮਰਜ਼ੀ ਪੈਸੇ ਦੇ ਦੋ ਹੁਣ, ਜਿਹੜੇ 2,50,000 ਤੁਸੀਂ ਚਾਹ ਤੇ ਲਾਇਆ ਨਾ, ਪਹਿਲਾਂ ਤਾਂ ਕਹਿੰਦੇ ਚਾਹ ਵਾਲਾ ਠੋਕ ਗਿਆ, ਹਾਂ ਹੁਣ ਚਾਹ ਵਾਲੀ ਠੋਕ, ਹੁਣ ਚਾਹ ਵਾਲੀ ਨੇ ਠੋਕਤਾ। ਤੇ ਗੱਲ ਹੈਗੀ ਏਦਾਂ, ਬਚੋ ਇਹਨਾਂ ਤੋਂ ਜਿਹੜੇ ਅੱਜ ਕੱਲ੍ਹ ਚੱਲਦੇ ਨੇ। ਸਾਰਿਆਂ ਨੂੰ ਟਰੈਕ ਪਤਾ ਵਾ, ਇਹ ਸਾਰਿਆਂ ਨੂੰ ਟਰੈਕ ਪਤਾ। ਅੱਜ ਕੱਲ੍ਹ ਦੇ ਜਵਾਕ ਜੇ ਬੜੇ ਤਿੱਖੇ ਨੇ, ਰੋ ਕੇ ਵੀਡੀਓ ਪਾਓ। ਪਹਿਲਾਂ ਇੱਕ ਗਰੁੱਪ ਬਣਦਾ ਵਾ, ਇੱਕ ਗਰੁੱਪ 'ਚ ਇੱਕ ਬੰਦਾ ਚੂਜ਼ ਕੀਤਾ ਜਾਂਦਾ ਵਾ, ਉਹਨੂੰ ਸਿਲੈਕਟ ਕਰਦੇ ਆ, ਉਹਦਾ ਘਰ ਬਾਰ ਦੇਖਿਆ ਜਾਂਦਾ ਵੀ ਹਾਂ ਟੁੱਟਿਆ ਭੱਜਿਆ ਘਰ ਬਾਰ ਹੈ, ਇਹ ਗਰੀਬ ਹੈਗਾ। ਅਤੇ ਉਹ ਬੰਦੇ ਨੂੰ ਫਿਰ ਕੈਮਰੇ ਮੂਹਰੇ ਆਪ ਹੀ ਲੈ ਕੇ ਆਇਆ ਜਾਂਦਾ, ਠੀਕ ਆ। ਅਤੇ ਗਰੁੱਪ ਇਕੱਠਾ ਹੁੰਦਾ ਇਹ,
ਤੇ ਉਹ ਗਰੁੱਪ ਦੇ ਵਿੱਚੋਂ ਜਦੋਂ ਇਹ ਸਿਲੈਕਸ਼ਨ ਹੋ ਜਾਂਦੀ ਆ ਸਾਰਾ ਕੁਛ ਸਿਰੇ ਚੜ੍ਹ ਜਾਂਦਾ ਵਾ ਇਹ ਤੇ ਫਿਰ ਉਹਨਾਂ ਵਿੱਚੋਂ ਆਪਦੇ ਹੀ ਬੰਦੇ ਪਹਿਲਾਂ ਇਹਨਾਂ ਨੂੰ ਦਾਨ ਕਰਦੇ ਨੇ ਆਪਦੇ ਹੀ ਗਰੁੱਪ ਚੋਂ ਉਹਨਾਂ ਦੀ ਦਾਨ ਕਰਦਿਆਂ ਦੀ ਆ ਜੀ ਆਹ ਬੰਦਾ ਆਹ ਪਿੰਡ ਤੋਂ ਆਇਆ 10,000 ਫੜਾ ਗਿਆ 50,000 ਫੜਾ ਗਿਆ ਤੇ ਉਹ ਬੰਦਾ ਦਾਨ ਕਰਦੇ ਦੀ ਵੀਡੀਓ ਪਾ ਦਿੱਤੀ ਇਹਨੇ ਸੋਸ਼ਲ ਮੀਡੀਆ ਤੇ ਕਿਉਂ ਸਲੀਮੇ ਤੇ ਫਿਰ ਉਹ ਹੁੰਦਾ ਵਾਇਰਲ ਲੋਕਾਂ ਨੂੰ ਲੱਗਦਾ ਕਿ ਨਹੀਂ ਯਾਰ ਬਾਕੀ ਦੂਜੇ ਬੰਦੇ ਵੀ ਜਾ ਰਹੇ ਆ ਕਿਉਂਕਿ ਆਪਣਾ ਪੰਜਾਬੀ ਭਾਈਚਾਰੇ ਚ ਦਿਲ ਵੱਡੇ ਨੇ ਕੋਈ ਰੋ ਕੇ ਵੀਡੀਓ ਪਾਉਂਦਾ ਨਾ ਬਾਈ ਉਹਨੂੰ ਉਹਦੇ ਵੱਲ ਨੂੰ ਹੋ ਪੈਂਦੇ ਆ ਦਿਲ ਵੱਡੇ ਆ ਮੰਨਦੇ ਆ ਬਟ ਥੋੜਾ ਸਮਝਦਾਰੀ ਨਾਲ ਬਹੁਤ ਨੀਡੀ ਬੰਦੇ ਆ ਬਹੁਤ ਲੋਕਾਂ ਨੂੰ ਨੀਡ ਆ ਹਾਂ ਜਿਨ੍ਹਾਂ ਨੂੰ ਸੱਚੀ ਪੈਸੇ ਚਾਹੀਦੇ ਸੱਚੀ ਲੋੜ ਆ ਜੈਨੂਅਨਲੀ ਹਾਂ ਕੋਈ ਵੀ ਵੀਡੀਓ ਪਾਉਂਦਾ ਵਾ ਮੂੰਹ ਚੱਕ ਕੇ ਮੇਰਾ ਭਰਾ ਹਰ ਇੱਕ ਦੇ ਉਧਰ ਨਾ ਜਾਓ ਵੀ ਹਾਂ ਬਈ ਇਹਦੀ ਹੈਲਪ ਕਰੀ ਇਹਨੇ ਵੀਡੀਓ ਪਾ ਦਿੱਤੀ ਪਹਿਲਾਂ ਦੇਖ ਲਓ ਕੀ ਹੋ ਰਿਹਾ ਦੋ ਚਾਰ ਦਿਨ ਰੁਕ ਜਾਓ ਉਹਨੇ ਕਿਹੜਾ ਅੱਜ ਹੀ ਗਰੀਬ ਹੋਈ ਸੀ ਹਾਂ ਪਿਛਲੇ ਟਾਈਮ ਦੀ ਗਰੀਬ ਹੀ ਚੱਲਦੀ ਆਉਂਦੀ ਆ ਦੋ ਦਿਨ ਹੋਰ ਕੱਢ ਲੈਂਦੀ ਸਾਨੂੰ ਹਾਂ ਉਹਨੇ ਕਿਹੜਾ ਜਾਂ ਕੁਛ ਹੋ ਜਾਣਾ ਸੀਗਾ ਜਾਂ ਕੁਛ ਨਾ ਕੁਛ ਸਾਹਮਣੇ ਆ ਜਾਂਦਾ ਵਾ ਭੱਜਾ ਨਾ ਕਰੋ ਕਿਸੇ ਦੀ ਆਉਂਦੀ ਆ ਜਾਂ ਨਾਟ ਓਨਲੀ ਪੈਸੇ ਦੇ ਬੇਸ ਤੇ ਕੋਈ ਦੋ ਪਾਰਟੀਆਂ ਲੜ ਰਹੀਆਂ ਇੱਕ ਨੇ ਵੀਡੀਓ ਪਾ ਦੀ ਜਾਂ ਤਾਂ ਉਹਦੇ ਵੱਲ ਦੀ ਹੋ ਜਾਂਦੀ ਆ ਦੂਜੇ ਦਾ ਪੱਖ ਨੀ ਸੁਣਦੀ ਅੱਛਾ ਦੋ ਪੱਖਾਂ ਤੇ ਚੱਲਿਆ ਕਰੋ ਪਿਛਲੇ ਹਫਤੇ ਲੋਕਾਂ ਨੇ ਚਾੜਦੀ ਸਿਰੇ ਵੀ ਨਹੀਂ ਜੀ ਕੁੜੀ ਆ ਚਾਹ ਬਣਾਉਂਦੀ ਆ ਇਦਾਂ ਦੀ ਮਾਂ ਭੈਣ ਕਰ ਹੁਣ ਉਹਦੀ ਤੁਸੀਂ ਮਾਂ ਭੈਣ ਕਰੀ ਜਾਂਦੇ ਹੋ ਉਹ ਇੱਕ ਪਾਸੇ ਤਾਂ ਮਤਲਬ ਤੁਹਾਨੂੰ ਪਤਾ ਨਹੀਂ ਕਿੱਥੇ ਬੋਲਣਾ ਕਿੱਥੇ ਰੁਕਣਾ ਵਾ ਠੀਕ ਆ ਅਗਰ ਉਹਨੇ ਗਲਤੀ ਕੀਤੀ ਆ ਕੋਈ ਗੱਲ ਨਹੀਂ ਕੁੜੀ ਆ ਮਾਫ ਕਰ ਦੋ ਉਹਨੂੰ ਗਾਲਾਂ ਕੱਢਣ ਦੀ ਲੋੜ ਨਹੀਂ ਹੈਗੀ ਠੀਕ ਆ ਫੁੱਦੂ ਤਾਂ ਲੋਕ ਨੇ ਜਿਹੜੇ ਪਿੱਛੇ ਲੱਗ ਜਾਂਦੇ ਇੱਕੋ ਦਮ ਹੀ ਉਹਨਾਂ ਦਾ ਨਹੀਂ ਉਹਨਾਂ ਦਾ ਕੋਈ ਕਸੂਰ ਨਹੀਂ ਗੱਲ ਫੇਰ ਉੱਤੇ ਆ ਗਈ ਗੱਲ ਤਾਂ ਫੇਰ ਨਹੀਂ ਲੋਕੀ ਪਤਾ ਕਰਦੇ ਹੁਣ ਪਿਓ ਸਹੀ ਹੈ ਜਾਂ ਗਲਤ ਆ ਫੇਰ ਕੁੜੀ ਨੂੰ ਬੋਲਣ ਲੱਗ ਗਏ ਹੁਣ ਫੇਰ ਹੁਣ ਤੁਸੀਂ ਪਿਓ ਦੇ ਮਗਰ ਲੱਗ ਕੇ ਕੁੜੀ ਨੂੰ ਬੋਲਣ ਲੱਗ ਗਏ ਉਹ ਘਰਾਂ 'ਚ 3600 ਰੌਲੇ ਚੱਲਦੇ ਹੁੰਦੇ ਆ ਖਬਰਾਂ ਮਾਂ ਤੇ ਕੁੜੀ ਦੀ ਨਾ ਬਣਦੀ ਹੋਵੇ ਪਿਓ ਨਾਲ ਖਬਰਾਂ ਪਿਓ ਦੀ ਨਾ ਬਣਦੀ ਹੋਵੇ ਮਾਂ ਤੇ ਕੁੜੀ ਨਾਲ ਹਨਾ ਤੁਸੀਂ ਸਿਰਫ ਉਹ ਦੇਖੋ ਵੀ ਕਿਹਨੂੰ ਨੀਡ ਆ ਪੈਸਿਆਂ ਦੀ ਪੈਸਿਆਂ ਨੀਡ ਉਹਨੂੰ ਹੋਣੀ ਚਾਹੀਦੀ ਆ ਜਿਹੜਾ ਹਸਪੀਟਲ ਦੇ ਵਿੱਚ ਬੰਦਾ ਪਿਆ ਵਾ ਉਹਦੇ ਕੋਲੇ ਇਲਾਜ ਲਈ ਪੈਸਾ ਹੈ ਨਹੀਂ ਜੇ ਕਿਸੇ ਨੇ ਸ਼ਰਦਾ ਨਾ ਕਿਸੇ ਦੀ ਹੈਲਪ ਕਰਨੀ ਆ ਨਾ ਥੋੜੇ ਆਦੇ ਘਰ ਚੋਂ ਬਾਹਰ ਆਦੀ ਗੱਡੀ 'ਚ ਬਾਹਰ ਅੱਖਾਂ ਖੋਲ ਕੇ ਦੇਖੋ ਬਹੁਤ ਆ ਹਾਂ ਪਾਸੇ ਪਾਸੇ ਆਪਣੇ ਬਹੁਤ ਆ ਜ਼ਰੂਰੀ ਨਹੀਂ ਆਪਾਂ ਸੋਸ਼ਲ ਮੀਡੀਆ ਵਾਲੇ ਦੀ ਵੀ ਹੈਲਪ ਕਰਨੀ ਆ ਆਪਣੇ ਆਂਢ ਗੁਆਂਢ 'ਚ ਹੀ ਬਹੁਤ ਹੁੰਦੇ ਹੈਲਪ ਕਰਨ ਵਾਲੇ ਉਹਨਾਂ ਦੀ ਕਰਿਆ ਕਰੋ ਤੁਸੀਂ ਉਹਦੀ ਹੈਲਪ ਕਰਦੇ ਹੋ ਜਿਹੜਾ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦਾ ਵਾ ਤਾਂ ਜੋ ਤੁਹਾਡਾ ਨਾਮ ਮੂਹਰੇ ਆ ਸਕੇ ਤੁਹਾਡੀ ਫੋਟੋ ਮੂਹਰੇ ਆ ਸਕੇ ਠੀਕ ਆ ਆਮ ਬੰਦੇ ਲਾ ਲਾ ਚਾਹੇ ਗੌਰਮੈਂਟ ਲਾ ਲਾ ਜਿਹੜਾ ਮੂਹਰੇ ਆਊਗਾ ਸੋਸ਼ਲ ਮੀਡੀਆ 'ਤੇ ਉਹਦੀ ਹੈਲਪ ਹੋਣੀ ਆ ਨਹੀਂ ਨਹੀਂ ਹੁੰਦੀ ਨਹੀਂ ਹੋਣੀ ਅਸੀਂ ਸੋਚਿਆ ਅੱਜ ਅਸੀਂ ਵਲੌਗ ਸਟਾਰਟ ਕੀਤਾ ਜਾਣਾ ਰੈਸਲਖੋਰ ਜਾ ਰਹੇ ਹਾਂ ਅਤੇ ਗੱਡੀਆਂ ਗੁੱਡੀਆਂ ਦੇਖਣ ਅਤੇ ਉਹ ਅਸੀਂ ਸੋਚਿਆ ਚੱਲ ਯਾਰ ਟੌਪਿਕ ਇਹ ਬਣਦਾ ਵੀ ਆ ਪੰਜਾਬੀਆਂ ਨੂੰ ਥੋੜ੍ਹਾ ਦੱਸ ਦਈਏ ਥੋੜ੍ਹਾ ਜਿਹਾ ਕੰਟਰੋਲ ਕਰੋ ਪਤਾ ਤੁਸੀਂ ਜਜ਼ਬਾਤੀ ਹੋ ਲੇਕਿਨ ਥੋੜ੍ਹਾ ਆਪਣੇ ਆਪ ਨੂੰ ਰੱਖੋ ਥੋੜ੍ਹਾ ਜਿਹਾ ਕੰਟਰੋਲ ਕਰਕੇ ਬਾਈ ਮੰਨੇ ਨੂੰ ਆਪਾਂ ਯਾਰ ਤੈਨੂੰ ਫੋਲੋ ਹੀ ਕੀਤਾ ਹੋਇਆ ਤੂੰ ਦਿਲ ਤੋੜਤਾ ਯਾਰ ਆ ਮੰਨਾ ਸਾਹਿਬ ਤੁਸੀਂ ਘੈਂਟ ਬੰਦਾ ਯਾਰ ਤੂੰ ਸੋਚ ਸਮਝ ਕੇ ਗੱਲ ਕਰੇਗਾ ਬਾਈ ਮੰਨਾ ਸਾਹਿਬ ਤੁਸੀਂ ਹੈਗੇ ਮਤਲਬ ਪੋਲੀਟੀਕਲ ਬੰਦੇ ਵਧੀਆ ਤੁਹਾਡੀ ਮਤਲਬ ਬੋਲਬਾਣੀ 'ਚ ਥੋੜ੍ਹਾ ਜਜ਼ਬਾਤ ਆ ਲੇਕਿਨ ਨਿਕਲੇ ਤੁਸੀਂ ਠੀਕ ਆ ਅਤੇ ਥੋੜ੍ਹਾ ਧਿਆਨ ਨਾਲ ਬਸ ਅੱਗੇ ਤੋਂ ਜੋ ਵੀ ਕਰਨਾ ਸੋਚ ਪਰਖ ਕੇ ਵਧੀਆ ਤਰੀਕੇ ਨਾਲ ਕਰੋ ਓਕੇ ਜੀ ਮਿਲਦੇ ਹਾਂ ਫਿਰ ਅਸੀਂ ਆਪਾਂ ਨੈਕਸਟ ਸਟੇਸ਼ਨ 'ਤੇ ਬਾਬਾਸ ਕਿਆ ਨਜ਼ਾਰਾ ਹੈ ਸੂਰਜ ਡੁੱਬ ਰਿਹਾ ਅਸਲੀ ਮੈਂ ਰੈਸਲਖੋਰ ਦੇ ਵਿੱਚ ਐਂਟਰ ਹੋ ਗਏ ਹਾਂ ਪਹੁੰਚ ਗਿਆ ਰੈਸਲਖੋਰ 5 ਮਿੰਟ ਦਾ ਰਾਹ ਰਹੀ ਆ 5 ਮਿੰਟ ਦਾ ਚੱਲ ਬਈ ਮੱਖਣਾ ਉਹ ਚੰਨ ਮੇਰੇ ਮੱਖਣਾ ਗੱਡੀਆਂ ਗੱਡੀਆਂ ਵੱਡੇ ਵੱਡੇ ਟਰੱਕ ਆ ਵੀਰ ਜੀ ਇੱਥੇ
ਕਿੱਥੇ ਪਹੁੰਚ ਗਿਆ? ਆ ਰਹੀਆਂ ਗੱਡੀਆਂ, ਗੱਡੀਆਂ ਹੀ ਗੱਡੀਆਂ, ਲਓ ਗੱਡੀਆਂ ਹੀ। ਇੱਥੇ ਦੇ ਪੁੱਤਾਂ ਆ ਕੈਮਰੇ ਇਹ ਟੋਇਟਾ ਦੀ ਹੈ। ਕੀ ਨਾਮ ਕੀ ਆ? ਇਹ ਨਿਊ ਮਾਡਲ ਆ ਸਾਲੀ ਰਸ਼ ਦਾ। ਰਸ਼ ਟੈਸਲਾ ਵੀ ਖੜਾਈ ਫਿਰਦੇ ਪਰੰਤ ਟੈਸਲਾ ਅਗਰ ਲੈਣੀ ਹੋਵੇ ਕਿਸੇ ਨੇ। ਅੱਛਾ, ਇਹਨਾਂ ਨੇ ਆਪਣਾ ਦੱਸਿਆ ਰਸ਼ ਦਾ 60,000 ਤੱਕ ਮਿਲ ਜੂਗੀ ਅਤੇ ਬੈਂਕ ਤੋਂ ਫਾਈਨੈਂਸ ਕਰਕੇ ਦਿੰਦੇ ਆ ਸਾਰਾ ਕੁਛ, ਮੰਥਲੀ ਇੰਸਟਾਲਮੈਂਟ ਕਰਕੇ, ਮੁਲਕੀਆ ਸ਼ੁਲਕੀਆ, ਰੀਨਿਊ, ਇੰਸ਼ੋਰੈਂਸ ਵਗੈਰਾ ਸਾਰਾ ਇਨਕਲੂਡ, ਸਾਰਾ ਪੈਕੇਜ ਬਣਾ ਕੇ ਤੂੰ ਸਿਰਫ ਇਹਨਾਂ ਨੇ ਤੈਨੂੰ ਅਪਰੂਵਲ ਲੈਣੀ ਬੈਂਕ ਤੋਂ, ਜਸਟ ਇਹਨਾਂ ਨਾਲ ਪੈਕੇਜ ਕਰਕੇ ਫਿਰ ਆਪਦਾ ਸਾਰਾ ਅੱਗੇ ਫਰਦਰ ਪ੍ਰੋਸੈਸ। ਕਰੋਲਾ ਬਹੁਤ ਵਧੀਆ ਭਾਈ, ਐਵਰੇਜ ਐਕਸਟੇਰਾ ਐਕਸਟੇਰਾ। ਲਓ ਵੀ ਦੋਸਤੋ, ਤੁਹਾਨੂੰ ਸਮਝ ਆ ਗਈ ਹੋਣੀ ਹੈ ਕਹਾਣੀ, ਅਤੇ ਬਾਕੀ ਬੰਦੇ ਨਾਲ ਗੱਲ ਕਰਕੇ ਅਸੀਂ ਦੱਸਦੇ ਹਾਂ ਤੁਹਾਨੂੰ। ਅੱਛਾ ਯਾਰ, ਇਹ ਯਾਰਿਸ ਹੈਗੀ ਆ 20 ਮਾਡਲ ਅਤੇ ਗੱਡੀ ਪੂਰੀ ਨੀਟ ਐਂਡ ਕਲੀਨ ਹੈ। ਕਿਉਂ ਸਲੀਮ ਹੈ? ਗੱਡੀ ਅੰਦਰ ਵੀ ਬਹੁਤ ਵਧੀਆ ਅਤੇ ਇਹਦੀ 1100 ਬਣਦੀ ਹੈ ਇੰਸਟਾਲਮੈਂਟ। ਅਸੀਂ ਆਏ ਸੀ ਇੱਥੇ ਰਸਲ ਖੋਰ ਗੱਡੀਆਂ ਦੇਖਣ, ਹੈ ਨਾ, ਅਤੇ ਗੱਡੀ ਦੇਖਣ ਦਾ ਮਤਲਬ ਇਹ ਹੈ ਕਿ ਕੋਈ ਰੀਜਨੇਬਲ ਪ੍ਰਾਈਸ ਦੇ ਵਿੱਚ ਆਪਾਂ ਨੂੰ ਮਿਲ ਜਾਵੇ ਗੱਡੀ, ਹੈ ਨਾ। ਅਤੇ ਗੱਡੀਆਂ ਲੈਣੀਆਂ ਸੀ ਦੋ, ਤਾਂ ਜੋ ਸਾਨੂੰ ਦੋਨੇ ਗੱਡੀਆਂ ਅੱਛੇ ਪੈਕੇਜ ਦੇ ਵਿੱਚ ਮਿਲ ਜਾਣ। ਅਤੇ ਹੁਣ ਗੱਡੀਆਂ ਜਿਹੜੀਆਂ ਅਸੀਂ ਇੱਥੇ ਦੇਖੀਆਂ ਨੇ, ਪ੍ਰਾਈਜ਼ ਮਾਸ਼ਾਅੱਲਾ ਬਾਹਲੇ ਮਤਲਬ ਆਸਮਾਨ 'ਤੇ ਲਾਏ ਹੋਏ, ਕਿਉਂਕਿ ਤਾਂ ਮਹਿੰਗੀਆਂ ਹੁੰਦੀਆਂ ਨੇ ਇਹ ਗੱਡੀਆਂ, ਇਹਨਾਂ ਨੇ ਤੁਹਾਨੂੰ ਸਾਰਾ ਕੁਛ ਕਰਵਾ ਕੇ ਦੇਣਾ ਹੁੰਦਾ, ਇੰਸਟਾਲਮੈਂਟ ਵਗੈਰਾ ਬੈਂਕ ਤੋਂ, ਇਹ ਉਹ ਲਟਰਮ ਪਟਰਮ, ਇੰਸ਼ੋਰੈਂਸ ਪਾਸ ਪੂਸ, ਹੈ ਨਾ। ਫਿਰ ਵੀ ਜੇ ਅਗਰ ਆਪਾਂ ਕੋਈ ਇੰਡੀਵਿਜੁਅਲ ਲੈਂਦੇ ਕਿਸੇ ਬੰਦੇ ਤੋਂ, ਹੈ ਨਾ, ਕੋਈ ਬੰਦਾ ਵੇਚ ਰਿਹਾ ਤਾਂ ਉਹ ਫਿਰ ਤੁਹਾਨੂੰ ਅੱਧੋ ਅੱਧਾ ਫਰਕ ਪੈ ਜਾਂਦਾ ਹੁੰਦਾ ਵਾ ਗੱਡੀ ਦੇ ਰੇਟ 'ਚ। ਅਤੇ ਚਲੋ ਦੇਖਦੇ ਹਾਂ, ਅਸੀਂ ਕੱਲ੍ਹ ਹੋਰ ਕਿਤੇ ਜਾ ਕੇ ਲੱਭਾਂਗੇ, ਲੱਭਾਂਗੇ ਗੱਡੀ, ਅਸੀਂ ਲੱਭਣ ਤਾਂ ਲੱਗੇ ਹੋਏ ਹਾਂ। ਕਿਉਂ ਸਲੀਮ? ਅਤੇ ਜੇ ਸਾਡਾ ਇੱਧਰ ਮੂਡ ਬਣਿਆ ਤਾਂ ਅਸੀਂ ਇੱਧਰ ਵੀ ਆ ਜਾਵਾਂਗੇ, ਕੋਈ ਵੱਡੀ ਗੱਲ ਨਹੀਂ, ਬੈਟਰੀ ਲਈ ਤਾਂ ਕਰਕੇ ਟੋਨ ਟੋਨ ਹੁੰਦਾ। ਅਤੇ ਹੁਣ ਆਪਾਂ ਚੱਲਦੇ ਹਾਂ ਵਾਪਸ। ਆਹ ਸੀਗਾ ਆਪਣਾ ਰਸਲ ਕੋਰ ਦਾ ਟ੍ਰਿਪ, ਅੱਗੇ ਹੋਰ ਆਪਾਂ ਤੁਹਾਨੂੰ ਰਾਹ ਦਿਖਾਉਂਦੇ ਹਾਂ। ਬਾਬਾਸ
ਰਾਸਲ ਖੋਰ ਦੀਆਂ ਗਲੀਆਂ ਦੇ ਵਿੱਚ ਰਾਹ ਭੁੱਲ ਗਏ ਆਪਾਂ, ਅਸੀਂ ਪੈਣਾ ਰਾਹ ਦੂਜੇ। ਉੱਚੀਆਂ ਉੱਚੀਆਂ ਬਿਲਡਿੰਗਾਂ ਸਾਹਮਣੇ ਨੇ ਜਿਨ੍ਹਾਂ ਦੇ ਕਰਕੇ ਦੁਬਈ ਮਸ਼ਹੂਰ ਆ। ਕਿਉਂ ਅਸਲੀ ਮੈਂ ਦੇਖੋ ਜੰਜਾਲ ਪਿਆ, ਅਸਲੀ ਮੈਂ ਪਿਆ ਨਾ ਕਾਂ ਵਾਂਗੂ ਜੰਜਾਲ ਆਖੜੀਆਂ ਨਹੀਂ ਉਹ ਕਰੇਨਾ ਦਿਖਾਉਣਾ ਮੈਂ ਦੇਖ ਤਾ ਸੀ ਸਮਝ ਲਾ ਇੱਥੇ ਕੋਈ ਵੱਡੀ ਚੀਜ਼ ਬਣ ਕੇ ਤਿਆਰ ਹੋਣੀ ਆ ਦੋ ਇੱਕ ਡੇਢ ਦੋ ਸਾਲਾਂ ਦੇ ਵਿੱਚ। ਲੱਗਦਾ ਨਾ ਕੋਈ ਸਫਲ ਦੀ ਸ਼ੂਟਿੰਗ ਚੱਲ ਰਹੀ ਆ ਹੈ। ਸ਼ੋਭਾ ਦੀ ਪ੍ਰੋਪਰਟੀ ਇੰਡਸਟਰੀਅਲ ਕੋਈ ਵੱਡੀ ਫੈਕਟਰੀ ਸ਼ੈਕਟਰੀ ਤਾਂ ਨਹੀਂ ਕੋਈ ਹੁੰਦੀ ਕਿਤੇ ਆਉਣਾ ਪਿੱਛੇ ਗੱਡੀ। ਕਿਉਂ ਅਸਲੀ ਮੈਂ ਖਰਚਾ ਤਕੜਾ ਹੀ ਬਣਿਆ ਬਈ, ਇੰਨੀਆਂ ਕਰੇਨਾਂ ਥੋੜ੍ਹੀ ਆਉਂਦੀਆਂ ਯਾਰ ਜਿੰਨੀਆਂ ਲਾਈ ਫਿਰ ਸਹੀ ਖੜੀਆਂ ਦੇ ਲਾ ਕੰਮ ਵੀ ਕੰਮ ਜ਼ਿਆਦਾ ਸਪੀਡ ਨਾਲ ਚੱਲ ਰਿਹਾ ਛਤਰ ਮਾਰ ਕਹੋਗੇ ਹਾਂ। ਲਿਆ ਵੀ ਤੁਹਾਨੂੰ ਨੇੜਿਓਂ ਦਿਖਾ ਦਈਏ ਹੁਣ ਮਸ਼ੀਨਾਂ ਦਾ ਹਿਸਾਬ ਕਿਤਾਬ ਆ ਲਓ। ਨਾਈਟ ਸ਼ਿਫਟ ਸਟਾਰਟ ਆ ਬੰਦਿਆਂ ਦੀ ਹੈਂ, ਇੱਲਾਂ ਵਾਂਗੂ ਖੜੀਆਂ ਇੱਲਾਂ ਵਾਂਗੂ। ਦੁਬਈ ਦੇ ਵਿੱਚ ਸੈਂਡ ਸਟੋਰਮ ਚੱਲ ਰਿਹਾ ਵਾ, ਪੂਰੀ ਧੁੰਦ। ਅੱਜ ਮੌਜੂਦ ਬੁਰਜ ਖਲੀਫਾ, ਚਲੋ ਬਈ ਲਓ ਵੀ ਮਿੱਤਰੋ ਅੱਜ ਤੁਹਾਨੂੰ ਰਾਸਲ ਖੋਰ ਦੀਆਂ ਗਲੀਆਂ 'ਚੋਂ ਘੁਮਾਤਾ, ਮਾਹੌਲ ਦਿਖਾਤਾ। ਆਪਾਂ ਜਿਹੜੇ ਕੰਮ ਗਏ ਸੀ, ਜੋ ਗਏ ਸੀ ਆਪਾਂ ਉਹ ਕੰਮ ਕਰਿਆਂਦਾ, ਮਤਲਬ ਐਂ ਨਹੀਂ ਵੀ ਛੱਡ ਕੇ ਆਉਂਦਾ ਵਿਚਾਲੇ ਨੂੰ। ਕਿਉਂਕਿ ਜਦੋਂ ਤੁਸੀਂ ਕੋਈ ਚੀਜ਼ ਲੈਣੀ ਆ, ਕਿਉਂ ਸਲੀਮੇ, ਜਦੋਂ ਤੁਸੀਂ ਕੋਈ ਚੀਜ਼ ਲੈਣੀ ਆ ਤਾਂ ਫਿਰ ਦੇਖ ਪਰਖ ਕੇ ਘੁੰਮ ਫਿਰ ਕੇ ਦੋ ਚਾਰ ਜਗ੍ਹਾ ਦੇ ਉੱਤੇ ਜਾ ਕੇ ਨੈਗੋਸ਼ੀਏਟ ਕਰਕੇ ਫਿਰ ਗੱਲਬਾਤ ਘੈਂਟ ਹੋਣੀ ਆ, ਜਿਹੜੇ ਨਾਲ ਮਾਰਕੀਟ ਦਾ ਪਤਾ ਲੱਗਦਾ। ਹਾਂ ਚਲੋ ਵੀ ਦੋਸਤੋ, ਹੁਣ ਤੁਹਾਨੂੰ ਮਿਲਦੇ ਹਾਂ ਅਸੀਂ ਘਰੇ ਜਾ ਕੇ ਬਾਬਾ। ਮਿੰਟੋ ਮਿੰਟ ਹੀ ਨਿਕਲ ਭੈਣ ਚ ਹੈ ਨਾ। ਹਾਂ ਦੁਬਈ ਦਾ ਮਜ਼ਾ ਆਉਂਦਾ। ਇਹ ਬੋਨੀ ਕਪੂਰ ਦੀ ਕੁੜੀ ਹੈ, ਇਹ ਬੋਨੀ ਕਪੂਰ ਦੀ ਕੁੜੀ ਹੈ। ਟਾਈਮ ਹੁੰਦਾ ਟਾਈਮ 10 ਸਾਲ ਟਾਈਮ ਹੁੰਦਾ ਇਹ ਟਾਈਮ 10 ਸਾਲ ਬਾਅਦ 10 12 ਸਾਲ ਕਰੀਨਾ ਕਪੂਰ ਨੇ ਰਾਜ ਕੀਤਾ ਬੋਰਡ ਤੇ, ਬਿੱਲ ਬੋਰਡ ਤੇ, ਤੇ ਹੁਣ ਜਾ ਕੇ ਆ ਨਵੀਆਂ ਕੁੜੀਆਂ ਆਈਆਂ। ਹਾਂ ਹਜੇ ਵੀ ਬਹੁਤ ਬੋਰਡ ਤੇ ਉਹਦੇ ਫੋਟੋ ਹੈਗੀਆਂ ਬਾਈ। ਆਲੀਆ ਉਸ ਤੋਂ ਬਾਅਦ ਆਲੀਆ ਭੱਟ ਆਈ ਆ, ਆਲੀਆ ਭੱਟ ਦੀ ਵੀ ਇਹਨਾਂ ਹੈਗੀ ਹੁਣ ਸਟਿਲ ਚੱਲਦੀ ਆ। ਹਾਂ ਤੇ ਉਹਨਾਂ ਦੀ ਮਿਲਾ ਦਾ ਉਹਨਾਂ ਨਾਲ ਯਾਰ, ਇਹ ਮਾਲਾਬਾਰ ਕਿਆ ਉਹਨਾਂ ਨੂੰ ਪਤਾ ਨਹੀਂ, ਪਤਾ ਨਹੀਂ ਯਾਰ ਕਿੰਨਾ ਨਾਲ। ਹਾਂ ਇਹ ਕਲਿਆਣ ਆ ਮਾਲਾਬਾਰ, ਇਹ ਕਲਿਆਣ ਆ ਮਾਲਾਬਾਰ। ਤੇ ਗੱਲ ਹੈਗੀ ਇੱਦਾਂ, ਪ੍ਰੋਗਰਾਮ ਹੁਣ ਅਸੀਂ ਗੱਡੀ ਵੱਟਦੀ ਆ, ਅਸੀਂ ਆਪਦੇ ਰਾਹ ਜਾ ਰਹੇ ਸੀ ਘਰ ਨੂੰ, ਤੇ ਗੱਡੀ ਅਸੀਂ ਵੱਟਦੀ ਆ ਬਰਦਬਈ ਨੂੰ। ਬਰਦਬਈ ਜਾ ਕੇ ਸੋਚਿਆ ਕੋਈ ਗੇੜਾ ਗੂੜਾ ਕੱਢਿਆ ਜੀ ਅਸੀਂ, ਹੈ ਨਾ, ਫਿਰ ਦੇਖਦੇ ਹਾਂ ਮਾਹੌਲ ਕੀ ਬਣਦਾ। ਮਾਹੌਲ ਦੇ ਲਓ ਬਰਦਬਈ ਦੇ ਰੋਡ, ਕੀ ਕਰਦੇ ਆ ਪਤਾ ਹੀ ਲੱਗ ਰਿਹਾ ਕਿੱਧਰ ਜਾਣਾ ਯਾਰ ਸਾਨੂੰ। ਅਸੀਂ ਗੱਡੀ ਗੱਡੀ ਬਰਦਬਈ ਤਾਂ ਪਾ ਲਈ ਆ, ਤੇ ਬਸ ਨੇ ਇਹਨੇ ਕਿਹਾ ਬਰਦਬਈ ਮੈਂ ਮੋੜਤੀ, ਉੱਥੇ ਕਰਨਾ ਕੀ ਆ, ਉਹ ਲੱਭਦੇ ਹੁਣ ਕੀ ਕਰਨਾ। ਤੇ ਪ੍ਰੋਬਲਮ ਇੱਥੇ ਪਤਾ ਕੀ ਹੈ, ਜਦੋਂ ਤੁਸੀਂ ਐਗਜ਼ਿਟ ਲੈ ਲੈਂਦੇ ਹੋ ਉਹ ਫਿਰ ਭਾਈ ਘੁੰਮਣਾ ਹੀ ਪੈਂਦਾ ਇੱਥੇ। ਹੁਣ ਇੰਨੀ ਦੂਰੋਂ ਆਇਆ ਹੁਣ ਤੁਹਾਨੂੰ ਪਤਾ ਕਿਹੜਾ ਲੱਭਿਆ, ਤੇਰੇ ਫੋਨ ਦਾ ਕਵਰ ਲੈਣਾ।
ਮੈਂ ਕਿਹਾ ਕਵਰ ਕੁਵਰ ਪਾ ਲਈਏ ਹੁਣ ਫੋਨ ਦਾ ਚੇਂਜ ਕਰ ਲਈਏ, ਚੇਂਜ ਨਹੀਂ ਪਾ ਪਾਇਆ ਹੀ ਨਹੀਂ ਮੈਂ ਫੋਨ 'ਚ ਕਵਰ ਵਾਲੇ ਤੱਕ, ਅਤੇ ਉਹ ਦੇਖ ਲਾਂਗੇ ਹੁਣ ਚਲੋ ਬਾਕੀ ਲੀੜਾ ਲੱਤਾਂ ਦੇਖ ਲਾਂਗੇ ਕੋਈ ਫਿਰ ਮਿਲਦਾ ਗਿਲਦਾ ਕਿਹੜਾ ਲੀੜਾ ਲੱਤਾ ਇੱਥੇ ਤਾਂ ਮੋਤੀ ਜਾਣਾ ਆਪਣਾ ਮੋਲ 'ਚ ਮਰਦੀਪ ਸਿਟੀ ਸੈਂਟਰ ਚੱਲਾਂਗੇ ਫਿਰ ਇੱਥੇ ਬੁਰਜਮਾਨ ਵੀ ਹੈਗਾ ਇੱਧਰ ਦੇਖ ਲੈਂਦੇ ਹਾਂ ਫਿਰ ਯਾਰ ਇਹ 'ਚ ਵੀ ਹੋਊਗਾ ਬੁਲਟ ਬੀਅਰ ਬੀਅਰ ਦਾ ਤਾਂ ਆਪਾਂ ਨੂੰ ਇੱਕ ਹੀ ਨਾਮ ਪਤਾ ਬੀਅਰ ਰਾਤ ਹੋ ਗਈ ਐਨਕਾਂ ਨਹੀਂ ਲਾਉਣੀਆਂ ਐਨਕਾਂ ਜਦੋਂ ਫਿਰ ਆਪਾਂ ਲਾ ਲਈ ਤਾਂ ਫਿਰ ਕਿਸੇ ਗੱਲ ਨਹੀਂ ਲਾਈਦੀਆਂ ਚਲੋ ਜੀ ਮਿਲਦੇ ਫਿਰ ਚੱਲ ਗਿਆ ਮਾਹੌਲ ਦੇਖੋ ਬਾਹਰ ਕਿਹਨੇ ਹੈਗਾ ਬੁਲਾਉਣਾ ਯਾਰ ਪਤਾ ਗੱਡੀ ਦੇਖਣ ਆਉਣਾ ਸੀ ਬੰਦੇ ਨੇ ਪਲੈਨ ਦੇ ਵਿੱਚ ਫਿਰ ਚੇਂਜ ਆਇਆ ਅਤੇ ਹੁਣੀ ਹੁਣੀ ਡਿਸਾਈਡ ਆਇਆ ਜਦੋਂ ਅਸੀਂ ਗੱਡੀਆਂ ਪਾ ਲਈਆਂ ਰਾਹਾਂ ਦੇ ਵਿੱਚ ਭੈਣ ਪੂਰਾ ਅੰਦਰ ਬਰਦਵਾਈ ਦੇ ਵਿੱਚ ਆਪਾਂ ਕਰਾਮੇ ਸ਼ਰਾਮੇ ਫਿਰਦੇ ਹੁਣ ਇੱਕਦਮ ਸੜਨ ਲਈ ਭੈਣ ਯਾਰ ਆਪਾਂ ਤਾਂ ਬੰਦਿਆਂ ਨੂੰ ਟਾਈਮ ਦਿੱਤਾ ਸੀ ਬੰਦਿਆਂ ਨੇ ਮਿਲ ਲਾਉਣਾ ਘਰੇ ਅਤੇ ਜਦ 8 ਵਜੇ ਦਾ ਟਾਈਮ ਸੀ ਤਾਂ 7:30 ਹੋ ਗਏ ਜੇ ਹੁਣ ਉੱਧਰ ਨੂੰ ਮੁੜਦੇ ਨਾ ਆਪਾਂ ਘੰਟੇ 2 ਲੱਗ ਜਾਣੇ ਸੀ ਆਪਾਂ ਨੂੰ ਹੁਣ ਫਿਰ ਵੀ ਚਲੋ ਦੇਖਦੇ ਹਾਂ ਪੰਜਾਬੀ ਢਾਬਾ ਉੱਤਰੀ ਉੱਤਰੀ ਅਤੇ ਹੁਣ ਆਪਾਂ ਜਾਂਦੇ ਹਾਂ ਘਰੇ ਬੰਦਿਆਂ ਦੇ ਪਹੁੰਚਣ ਤੋਂ ਪਹਿਲਾਂ ਪਹੁੰਚਣਾ 8:30 ਹੋ ਗਏ 8 ਵਜੇ ਉਹਨਾਂ ਨੇ ਆਉਣਾ ਕਿਉਂਕਿ ਜ਼ਰੂਰੀ ਆ ਉਹਨਾਂ ਨੇ ਵੀ ਮਤਲਬ ਗੱਡੀ ਗੁੱਡੀ ਦੇਖਣੀ ਹੈ ਹੈ ਨਾ ਸਾਰਾ ਕਹਾਣੀ ਸੈਟਅਪ ਸਾਰਾ ਕੁਝ ਚੱਲਦਾ ਇੱਦਾਂ ਅਤੇ ਅਗਰ ਕਿਸੇ ਨੂੰ ਡੀਪ ਨੌਲੇਜ ਚਾਹੀਦੀ ਹੋਈ ਸਾਨੂੰ ਜ਼ਰੂਰ ਕੰਟੈਕਟ ਮੈਸੇਜ ਕਰ ਲਿਓ ਕੋਈ ਗੱਲ ਨਹੀਂ ਦੱਸ ਦਾਂਗੇ ਅਸੀਂ ਕਿਉਂ ਸਲੀਮ ਪੰਜਾਬੀ ਢਾਬਾ ਢਾਬਾ ਐਕਸਪ੍ਰੈਸ ਦੋਨੇ ਪੰਜਾਬੀ ਆ ਪੰਜਾਬੀ ਢਾਬਾ ਐਵੇਂ ਦਿੱਲੀ ਵਾਲੇ ਵੀ ਆਉਂਦੇ ਆ ਪੰਜਾਬੀ ਐਕਸਪ੍ਰੈਸ ਢਾਬਾ ਐਕਸਪ੍ਰੈਸ ਸਰਦਾਰ ਜੀ ਖੜੇ ਸੀ ਸਰਦਾਰ ਜੀ ਗੇਟ ਤੇ ਲੋ ਜੀ ਕਰਾਮੀ ਦੀਆਂ ਗਲੀਆਂ ਤਬਾਹੀ ਮਚਾਉਂਦੀਆਂ ਹੋਈਆਂ ਕਰਾਮਾ ਥੋੜੀ ਆ ਉਦਮਹਿਤਾ ਹੈ ਉਦਮਹਿਤਾ ਲਾ ਲਾ ਆਪਾਂ ਰੋੜਾ ਰੋੜਾ ਦਾ ਨਾਮ ਆ ਉਹ ਘੱਟ ਘੁੱਟ ਹੀ ਪਤਾ ਹੈ ਨਾ